ਸਵਾਗਤ ਕੀਤਾ ਜਾਂਦਾ ਹੈ ਜੀ ਤੁਹਾਡੇ ਆਪਣੇ ਚੈਨਲ ਐਗਜ਼ਾਮ ਸਟੱਡੀ ਦੇ ਵਿੱਚ। ਮੈਂ ਲਖਵਿੰਦਰ ਸਿੰਘ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਭਾਈ ਵੀਰ ਸਿੰਘ ਦੇ ਜਨਮ, ਉਹਨਾਂ ਦੀਆਂ ਰਚਨਾਵਾਂ, ਉਹਨਾਂ ਦਾ ਪੰਜਾਬੀ ਸਾਹਿਤ ਵਿੱਚ ਕੀ ਯੋਗਦਾਨ ਰਿਹਾ। ਮਾਸਟਰ ਗ੍ਰੇਡਰ ਪੰਜਾਬੀ ਦੀ ਨੁਕਤਾ ਨਿਗਾਹ ਤੋਂ ਇਸ ਵੀਡੀਓ ਵਿੱਚ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਸੋ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਡਾਕਟਰ ਚਰਨ ਸਿੰਘ ਅਤੇ ਮਾਤਾ ਦਾ ਨਾਂ ਉੱਤਮ ਕੌਰ ਸੀ। ਉਹਨਾਂ ਦੀ ਪਤਨੀ ਦਾ ਨਾਂ ਚਤਰ ਕੌਰ ਸੀ ਅਤੇ ਕਰਤਾਰ ਕੌਰ, ਸੁਸ਼ੀਲ ਕੌਰ ਉਹਨਾਂ ਦੀਆਂ ਦੋ ਧੀਆਂ ਸਨ। ਜੇਕਰ ਵਿੱਦਿਆ ਦੀ ਗੱਲ ਕਰੀਏ ਤਾਂ ਭਾਈ ਵੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ 1949 ਵਿੱਚ DOL ਦੀ ਡਿਗਰੀ ਪ੍ਰਦਾਨ ਕੀਤੀ ਗਈ। ਭਾਈ ਵੀਰ ਸਿੰਘ ਦਾ ਜਨਮ ਦੀਵਾਨ ਕੌੜਾ ਮੱਲ ਦੇ ਵੰਸ਼ ਵਿੱਚ ਡਾਕਟਰ ਚਰਨ ਸਿੰਘ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ। ਉਹਨਾਂ ਦੇ ਪਿਤਾ ਅਤੇ ਨਾਨਾ ਹਜ਼ਾਰਾ ਸਿੰਘ ਦੋਨੇ ਹੀ ਵਿਦਵਾਨ ਸਨ ਅਤੇ ਸਿੰਘ ਸਭਾ ਦੇ ਸੰਚਾਲਕਾਂ ਵਿੱਚੋਂ ਸਨ। ਭਾਈ ਵੀਰ ਸਿੰਘ ਨੇ ਸਕੂਲਾਂ ਲਈ ਪਾਠ ਪੁਸਤਕਾਂ ਵੀ ਲਿਖੀਆਂ। ਆਪ ਨੇ 1892 ਈਸਵੀ ਵਿੱਚ ਸਰਦਾਰ ਵਜ਼ੀਰ ਸਿੰਘ ਨਾਲ ਰਲ ਕੇ ਵਜ਼ੀਰ ਹਿੰਦ ਪ੍ਰੈੱਸ ਚਲਾਇਆ। 1899 ਵਿੱਚ ਉਹਨਾਂ ਨੇ ਹਫ਼ਤਾਵਾਰੀ ਖਾਲਸਾ ਸਮਾਚਾਰ ਅਖਬਾਰ ਸ਼ੁਰੂ ਕੀਤਾ ਅਤੇ ਇੱਕ ਸਾਲ ਬਾਅਦ ਨਿਰਗੁਣੀਆਰਾ ਪੱਤਰ ਵੀ ਜਾਰੀ ਕੀਤਾ। ਭਾਈ ਵੀਰ ਸਿੰਘ ਨੇ ਸੰਸਕ੍ਰਿਤ, ਫਾਰਸੀ, ਉਰਦੂ, ਗੁਰਬਾਣੀ, ਸਿੱਖ ਇਤਿਹਾਸ ਅਤੇ ਹਿੰਦੂ ਇਤਿਹਾਸ ਦੇ ਫਲਸਫੇ ਦਾ ਅਧਿਐਨ ਕੀਤਾ। ਆਪ ਜੀ ਅਧਿਆਤਮਵਾਦੀ ਰਹੱਸਵਾਦੀ ਕਵੀ ਸਨ। ਆਪ ਦੀ ਕਵਿਤਾਵਾਂ ਦਾ ਮੂਲ ਵਿਸ਼ਾ ਅਧਿਆਤਮਿਕ ਅਤੇ ਰਹੱਸਵਾਦ ਹੈ। ਪ੍ਰਗੀਤਕਤਾ ਅਤੇ ਸੋਝਮਈ ਸੰਚਾਰ ਉਹਨਾਂ ਦੀ ਕਵਿਤਾ ਦੇ ਮੀਰੀ ਗੁਣ ਹਨ। ਭਾਈ ਵੀਰ ਸਿੰਘ ਨੇ ਆਰਸ਼ੀ ਵਸਦੇ ਰੱਬ ਨੂੰ ਫਰਸ਼ 'ਤੇ ਉਤਾਰ ਕੇ ਰਹੱਸਵਾਦ ਦਾ ਮੁੱਢ ਬੰਨਿਆ। ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲਾਂ ਰੁਬਾਈ ਲਿਖਣ ਦੀ ਪਿਰਤ ਭਾਈ ਵੀਰ ਸਿੰਘ ਨੇ ਪਾਈ। ਡਾਕਟਰ ਮੋਹਨ ਸਿੰਘ ਭਾਈ ਵੀਰ ਸਿੰਘ ਦੀਆਂ ਰੁਬਾਈਆਂ ਨੂੰ ਹੀਰੇ ਦੀਆਂ ਕਣੀਆਂ ਕਹਿੰਦੇ ਹਨ। ਰੁਬਾਈ ਜੋ ਕਿ ਅਰਬੀ ਫਾਰਸੀ ਤੋਂ ਆਈ ਹੈ, ਰੁਬਾਈ ਨੂੰ ਤੁਰਿਆਈ ਛੰਦ ਵੀ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਦੀ ਕਵਿਤਾ ਦਾ ਪਹਿਲਾ ਵਿਸ਼ਾ ਅਧਿਆਤਮਿਕ ਰਹੱਸਵਾਦੀ ਸੀ ਅਤੇ ਦੂਜਾ ਵਿਸ਼ਾ ਪ੍ਰਕਿਰਤੀ ਚਿਤਰਨ ਜਾਂ ਕੁਦਰਤ ਦੀ ਸੁੰਦਰਤਾ ਦਾ ਵਰਣਨ ਕਰਨਾ ਹੈ। ਭਾਈ ਵੀਰ ਸਿੰਘ ਨੂੰ ਅਕਸਰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਪੰਜਾਬੀ ਦਾ ਵੁੱਡਵਰਥ ਕਵੀ ਵੀ ਕਿਹਾ ਜਾਂਦਾ ਹੈ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੂੰ ਚੂੜਾਮਣੀ ਕਵੀ ਆਖਦੇ ਹਨ। ਮੌਲਾ ਬਖਸ਼ ਕੁਛ ਤਾਂ ਉਸ ਨੂੰ ਟੈਗੋਰ ਅਤੇ ਇਕਬਾਲ ਦੇ ਬਰਾਬਰ ਰੱਖਦਾ ਹੈ। ਇਸੇ ਤਰ੍ਹਾਂ ਸੁਰਿੰਦਰ ਸਿੰਘ ਕੋਹਲੀ ਅਨੁਸਾਰ ਉਹ ਨਵੀਨ ਕਵਿਤਾ ਦਾ ਮੋਢੀ ਹੈ। ਲਾਲਾ ਧਨੀ ਰਾਮ ਚਾਤਰਿਕ ਉਸ ਨੂੰ ਮੁਕਟਮਣੀ ਕਹਿੰਦਾ ਹੈ। ਜੇਕਰ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ ਭਾਈ ਵੀਰ ਸਿੰਘ ਦੀਆਂ ਆਰੰਭਕ ਰਚਨਾਵਾਂ ਦੇ ਵਿੱਚ ਨਨਾਣ ਭਰਜਾਈ ਜੋ ਕਿ ਸਿੱਖਿਆ ਦਾ ਇੱਕ ਵਾਰਤਾਲਾਪ ਹੈ ਅਤੇ ਭਰਥਰੀ ਹਰੀ ਦਾ ਅਨੁਵਾਦ ਜੋ ਕਿ ਨੀਤੀ ਸ਼ਤਕ ਹੈ, ਨਿਰੋਲ ਪਰੰਪਰਾਗਤ ਰੂਪ ਅਤੇ ਸ਼ੈਲੀ ਦੀ ਗਵਾਹੀ ਭਰਦੇ ਹਨ। ਇਹਨਾਂ ਵਿੱਚ ਸੁਧਾਰਵਾਦੀ ਅਤੇ ਉਪਦੇਸ਼ਾਤਮਿਕ ਰੁਚੀ ਪ੍ਰਦਾਨ ਹੈ। ਇਹਨਾਂ ਦੋਨਾਂ ਰਚਨਾਵਾਂ ਦੇ ਵਿੱਚ ਬੈਂਤ ਛੰਦ ਦੀ ਵਰਤੋਂ ਕੀਤੀ ਗਈ ਹੈ। ਇਸ ਤਰ੍ਹਾਂ ਲੰਮੀਆਂ ਬਿਰਤਾਂਤਕ ਰਚਨਾਵਾਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਮਰਦ ਦਾ ਕੁੱਤਾ, ਕੁਤਬ ਦੀ ਲਾਠ, ਗੰਗਾ ਰਾਮ, ਕੰਬ ਦੇ ਪੱਥਰ। ਭਾਈ ਵੀਰ ਸਿੰਘ ਦੀਆਂ ਸਮੁੱਚੀਆਂ ਕਾਵਿ ਰਚਨਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਨਨਾਣ ਭਰਜਾਈ ਦੀ ਸਿੱਖਿਆ ਦਾ ਇੱਕ ਵਾਰਤਾਲਾਪ ਜੋ ਕਿ 1899 ਵਿੱਚ ਛਪਦੀ ਹੈ। ਦੂਜੇ ਨੰਬਰ 'ਤੇ ਰਾਣਾ ਸੂਰਤ ਸਿੰਘ ਜੋ ਕਿ 1905 ਵਿੱਚ ਛਪਦਾ ਹੈ। ਇਹ ਮਹਾਂਕਾਵਿ ਹੈ ਜੋ ਕਿ ਸਿਰਖੰਡੀ ਛੰਦ ਵਿੱਚ ਲਿਖਿਆ ਗਿਆ ਹੈ। ਤੀਜੇ ਨੰਬਰ 'ਤੇ ਭਰਥਰੀ ਹਰੀ ਜੀਵਨ ਅਤੇ ਨੀਤੀ ਸ਼ਤਕ ਜੋ ਕਿ 1916 ਵਿੱਚ ਛਪਦੀ ਹੈ। ਇਸ ਤਰ੍ਹਾਂ ਦਿਲ ਤਰੰਗ, ਗੋਦਾਵਰੀ ਦਾ ਗੀਤ, ਜੀਵਨ ਕੀ ਹੈ, ਤਰੇਲ ਤੋਕੇ, ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ ਬੀਣਾ, ਕੰਬ ਦੀ ਕਲਾਈ, ਲਹਿਰ ਹੁਲਾਰੇ, ਬਾਰਾਂ ਮਾਂ, ਕੰਤ ਸਹੇਲੀ, ਮੇਰੇ ਸਾਈਆਂ ਜੀਓ। ਮੇਰੇ ਸਾਈਆਂ ਜੀਓ ਪ੍ਰਤੀਨਿਧ ਰਹੱਸਵਾਦੀ ਪੁਸਤਕ ਹੈ ਜਿਸ ਨੂੰ ਕਿ 1955 ਵਿੱਚ ਸਾਹਿਤ ਅਕਾਦਮੀ ਵੱਲੋਂ ਇਨਾਮ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ 5000 ਨਗਦ ਰਾਸ਼ੀ ਵੀ ਦਿੱਤੀ ਗਈ। ਮਟਕ ਹੁਲਾਰੇ ਕਾਵਿ ਪੁਸਤਕ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੋਮਾਂਟਿਕ, ਰਸਮਈ ਅਤੇ ਰਹੱਸਮਈ ਵਰਣਨ ਹੈ। ਇਹ ਕਾਵਿ ਸੰਗ੍ਰਹਿ 6 ਭਾਗਾਂ ਵਿੱਚ ਵੰਡਿਆ ਹੋਇਆ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਦੀਆਂ ਪ੍ਰਮੁੱਖ ਕਵਿਤਾਵਾਂ ਦੇਖੀਆਂ ਜਾ ਸਕਦੀਆਂ ਹਨ ਜੋ ਕਿ ਮਾਸਟਰ ਕੀਡਰ ਪੰਜਾਬੀ ਦੇ ਪੇਪਰ ਵਿੱਚ ਪੁੱਛੀਆਂ ਜਾ ਸਕਦੀਆਂ ਹਨ, ਜਿਹਦੇ ਵਿੱਚ ਇੱਛਾ ਬਲ, ਡੂੰਘੀਆਂ ਛਾਵਾਂ, ਕੰਬ ਦੀ ਕਲਾਈ, ਬਿਨਫਿਸ਼ਾਂ ਦੇ ਫੁੱਲ, ਸਮਾਂ, ਦ੍ਰਿਸ਼, ਅੱਜ, ਬਲਬਲਾ, ਕੁਤਬ ਦੀ ਲਾਟ, ਦਰਦ ਦੇਖ ਦੁੱਖ ਆਉਂਦਾ, ਟੁਕੜੀ ਜੱਗ ਤੋਂ ਨਿਆਰੀ, ਮੇਰੀ ਜਿੰਦੇ, ਵਿਛੋੜਾ ਵਸਲ, ਇਲਮ ਅਮਲ 'ਤੇ ਵਸਲ, ਚੜ ਚੱਕ 'ਤੇ ਚੱਕ ਘੁਮਾਨੀਆਂ, ਪਿੰਜਰੇ ਪਿਆ ਪੰਛੀ, ਨਿੱਕੀ ਗੋਦ ਵਿੱਚ ਤੇਰਾ ਪਹਿਲਾ ਝਲਕਾ, ਇਲਮ ਅਮਲ, ਕਾਵਿ ਰੰਗ ਦੀ ਸੁੰਦਰਤਾ, ਅਣਡਿੱਠਾ ਰਸਦਾਤਾ, ਅਚਨਚੇਤੀ ਦਾ ਝਲਕਾ, ਵੈਰੀ ਨਾਗ। ਦੋਸਤੋ, ਇਹ ਕੁਝ ਪ੍ਰਮੁੱਖ ਕਵਿਤਾਵਾਂ ਹਨ।
ਜੋ ਕਿ ਮਾਸਟਰ ਕੇਡਰ ਪੰਜਾਬੀ ਦੇ ਨੁਕਤਾਂਗਾ ਤੋਂ ਬਹੁਤ ਹੀ ਮਹੱਤਵਪੂਰਨ ਹਨ। ਜੇਕਰ ਸਕੂਲ ਪੱਧਰ 'ਤੇ ਗੱਲ ਕਰੀਏ ਤਾਂ 9ਵੀਂ ਸ਼੍ਰੇਣੀ ਦੀ ਪੁਸਤਕ ਸਾਹਿਤ ਮਾਲਾ ਦੇ ਵਿੱਚ ਕਵਿਤਾ ਵਾਲੇ ਭਾਗ ਵਿੱਚ ਭਾਈ ਵੀਰ ਸਿੰਘ ਦੀਆਂ 4 ਕਵਿਤਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਸਮਾਂ, ਬਿਨਫਸ਼ਾਂ ਦੇ ਫੁੱਲ, ਟੁਕੜੀ ਜੱਗ ਤੋਂ ਨਿਆਰੀ ਅਤੇ ਬ੍ਰਿਸ਼। ਸਮਾਂ ਕਵਿਤਾ ਦੇ ਵਿੱਚ ਸਮੇਂ ਦੀ ਮਹੱਤਤਾ ਅਤੇ ਸਮੇਂ ਦੀ ਕਦਰ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ। ਬਿਨਫਸ਼ਾਂ ਦੇ ਫੁੱਲ ਵਿੱਚ ਬਿਨਫਸ਼ਾਂ, ਜੋ ਕਿ ਇੱਕ ਬੂਟੀ ਹੈ ਜਿਸ ਦੇ ਪੱਤੇ ਅਤੇ ਜੜ੍ਹਾਂ ਦਵਾਈਆਂ ਬਣਾਉਣ ਦੇ ਕੰਮ ਆਉਂਦੀਆਂ ਹਨ। ਇਸ ਕਵਿਤਾ ਵਿੱਚ ਬਿਨਫਸ਼ਾਂ ਦਾ ਫੁੱਲ, ਜੋ ਕਿ ਪਹਾੜਾਂ ਦੇ ਵਿਚਕਾਰ ਨੀਵਾਂ ਉੱਗਿਆ ਹੋਇਆ ਹੈ। ਕਵਿਤਾ ਵਿੱਚ ਕਵੀ ਨੇ ਫੁੱਲ ਦੇ ਜ਼ਰੀਏ ਆਪਣੇ ਆਪ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਹੈ ਕਿ ਮੇਰੀ ਚਾਹਤ ਉਸ ਫੁੱਲ ਵਰਗੀ ਹੈ ਜਿਸ ਦੀ ਮਹਿਕ ਨਾ ਹੋਵੇ ਅਤੇ ਨਾ ਹੀ ਨਜ਼ਰ ਲੱਗੇ, ਪਰੰਤੂ ਫਿਰ ਵੀ ਲੋਕ ਫੁੱਲ ਦੀ ਖੁਸ਼ਬੂ ਕਾਰਨ ਇਸ ਨੂੰ ਤੋੜ ਲੈਂਦੇ ਹਨ। ਇਸ ਤਰ੍ਹਾਂ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਵਿੱਚ ਕਸ਼ਮੀਰ ਨੂੰ ਨਿਆਰੀ ਟੁਕੜੀ ਆਖ ਕੇ ਇਸ ਦੀ ਸੁੰਦਰਤਾ ਦਾ ਵਰਣਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬ੍ਰਿਸ਼ ਕਵਿਤਾ ਵਿੱਚ ਮਨੁੱਖ ਨੂੰ ਰੁੱਖਾਂ ਦੀ ਸਾਂਭ ਸੰਭਾਲ ਰੱਖਣ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਤਰ੍ਹਾਂ 11ਵੀਂ ਸ਼੍ਰੇਣੀ ਦੀ ਪੁਸਤਕ ਵਿੱਚ ਭਾਈ ਵੀਰ ਸਿੰਘ ਦੀਆਂ 3 ਕਵਿਤਾਵਾਂ ਸ਼ਾਮਲ ਹਨ, ਜਿਨ੍ਹਾਂ ਦੇ ਵਿੱਚ ਪਿੰਜਰੇ ਪਿਆ ਪੰਛੀ, ਵੈਰੀ ਨਾਗ ਦਾ ਪਹਿਲਾ ਝਲਕਾ, ਇੱਛਾ ਬਲ ਅਤੇ ਡੂੰਘੀਆਂ ਛਾਵਾਂ। ਪਿੰਜਰੇ ਪਿਆ ਪੰਛੀ ਕਵਿਤਾ ਵਿੱਚ ਗੁਲਾਮੀ ਦੇ ਜੀਵਨ ਪ੍ਰਤੀ ਨਫ਼ਰਤ ਨੂੰ ਦਰਸਾਇਆ ਗਿਆ ਹੈ। ਵੈਰੀ ਨਾਗ ਦਾ ਪਹਿਲਾ ਝਲਕਾ ਵਿੱਚ ਝਰਨੇ ਦੀ ਪ੍ਰਕਿਰਤਿਕ ਸੁੰਦਰਤਾ ਸੰਬੰਧੀ ਜ਼ਿਕਰ ਕੀਤਾ ਗਿਆ ਹੈ। ਇੱਛਾ ਬਲ ਅਤੇ ਡੂੰਘੀਆਂ ਛਾਵਾਂ ਕਵਿਤਾ ਵਿੱਚ ਪ੍ਰਸ਼ਨ ਉੱਤਰ ਵਿਧੀ ਰਾਹੀਂ ਗਤੀਸ਼ੀਲਤਾ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ। ਜੇਕਰ ਭਾਈ ਵੀਰ ਸਿੰਘ ਨੂੰ ਇੱਕ ਵਾਰਤਕਾਰ ਵਜੋਂ ਦੇਖੀਏ ਤਾਂ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਵਾਰਤਕ ਅਤੇ ਨਿਬੰਧ ਰਚਨਾ ਦੇ ਮੋਢੀ ਲਿਖਾਰੀ ਸਨ। ਉਹਨਾਂ ਨੇ ਆਪਣੀ ਵਜ਼ੀਰ ਹਿੰਦ ਪ੍ਰੈੱਸ ਵੀ ਲਗਾਈ ਹੋਈ ਸੀ। ਪੰਜਾਬੀ ਨਿਬੰਧ ਨੂੰ ਸਾਹਿਤਕ ਮੁਹਾਵਰਾ ਅਤੇ ਕਲਾਤਮਕ ਰੰਗ ਭਾਈ ਵੀਰ ਸਿੰਘ ਨੇ ਹੀ ਪ੍ਰਦਾਨ ਕੀਤਾ। ਉਹਨਾਂ ਦੀ ਮੂਲ ਪ੍ਰੇਰਣਾ ਸਿੱਖੀ ਜੀਵਨ ਅਤੇ ਗੁਰਬਾਣੀ ਦਾ ਪ੍ਰਚਾਰ ਕਰਨਾ ਸੀ। ਉਹਨਾਂ ਦੇ ਚੋਣਵੇਂ ਸੰਪਾਦਕੀ ਲੇਖ ਅਮਰ ਲੇਖ ਨਾਂ ਹੇਠ ਪ੍ਰਕਾਸ਼ਿਤ ਹੋਏ। ਆਪ ਨੇ 1894 ਈਸਵੀ ਵਿੱਚ ਖਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ। ਭਾਈ ਵੀਰ ਸਿੰਘ ਨੇ 1400 ਦੇ ਕਰੀਬ ਟ੍ਰੈਕਟ ਅਤੇ 700 ਦੇ ਕਰੀਬ ਲੇਖ ਛਾਪੇ ਸਨ। ਇਸ ਤਰ੍ਹਾਂ ਜੀਵਨੀ ਸਾਹਿਤ, ਵਿਸ਼ੇਸ਼ ਬਾਣੀ ਅਤੇ ਟੀਕੇ ਦੇ ਵਿੱਚ ਸ਼੍ਰੀ ਕਲਗੀਧਰ ਚਮਤਕਾਰ, ਸ਼੍ਰੀ ਗੁਰੂ ਨਾਨਕ ਚਮਤਕਾਰ, ਸੰਤ ਗਾਥਾ, ਸ਼੍ਰੀ ਅਸ਼ਟ ਗੁਰੂ ਚਮਤਕਾਰ ਭਾਗ ਪਹਿਲਾ ਅਤੇ ਦੂਜਾ, ਸੰਥਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 7 ਭਾਗ, ਗੁਰਬਿਲਾਸ ਪਾਤਸ਼ਾਹੀ 9ਵੀਂ, ਗੁਰਬਿਲਾਸ ਪਾਤਸ਼ਾਹੀ 10ਵੀਂ। ਇਸ ਤੋਂ ਅੱਗੇ ਆਲੋਚਨਾਤਮਕ ਵਾਰਤਕ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਸਿੱਖਾਂ ਦੀ ਭਗਤਮਾਲਾ, ਪ੍ਰਾਚੀਨ ਪੰਥ ਪ੍ਰਕਾਸ਼, ਪੁਰਾਤਨ ਜਨਮ ਸਾਖੀ, ਸਾਖੀ ਪੋਥੀ, ਭਾਈ ਗੁਰਦਾਸ ਦੀਆਂ ਵਾਰਾਂ ਦਾ ਟੀਕਾ ਜੋ ਕਿ ਪਹਿਲੀ ਵਾਰ 1911 ਵਿੱਚ ਛਪਿਆ, ਜਿਸ ਨੂੰ ਭਾਈ ਵੀਰ ਸਿੰਘ ਨੇ ਸੰਪਾਦਕ ਕੀਤਾ। ਇਸ ਪੁਸਤਕ ਦਾ ਮੂਲ ਲੇਖਕ ਗਿਆਨੀ ਹਜ਼ਾਰਾ ਸਿੰਘ ਸੀ, ਜੋ ਕਿ ਭਾਈ ਵੀਰ ਸਿੰਘ ਜੀ ਦੇ ਨਾਨਾ ਜੀ ਸਨ। ਜੇਕਰ ਦੇਖਿਆ ਜਾਵੇ ਪੰਜਾਬੀ ਸਾਹਿਤ ਵਿੱਚ ਭਾਈ ਵੀਰ ਸਿੰਘ ਨੂੰ ਮੁੱਢਲੇ ਨਾਵਲਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਭਾਈ ਵੀਰ ਸਿੰਘ ਦਾ ਮੁੱਖ ਮਨੋਰਥ ਆਪਣੇ ਨਾਵਲਾਂ ਰਾਹੀਂ 20ਵੀਂ ਸਦੀ ਵਿੱਚ ਸਿੱਖ ਧਰਮ ਦੇ ਵਿੱਚ ਆ ਰਹੇ ਪਤਨ ਨੂੰ ਰੋਕਣਾ ਸੀ। ਡਾਕਟਰ ਕਿਰਪਾਲ ਸਿੰਘ ਸੇਲ ਆਪਣੇ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਪੰਜਾਬੀ ਦਾ ਪਹਿਲਾ ਨਾਵਲ ਚਰਨ ਸਿੰਘ ਦੇ ਨਾਵਲ ਜੰਗ ਮਨੌਲੀ ਨੂੰ ਮੰਨਦਾ ਹੈ ਅਤੇ ਨਿਰੰਜਨ ਤਸਨੀਮ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਮੋਢੀ ਮੰਨਦਾ ਹੈ। ਪਰ ਸਰਵ ਪ੍ਰਮਾਣਿਤ ਮਤ ਈਸ਼ਰ ਸਿੰਘ ਅਤੇ ਉਸਦੇ ਸਮਰਥਕਾਂ ਦਾ ਹੈ, ਜੋ ਭਾਈ ਵੀਰ ਸਿੰਘ ਨੂੰ ਮੋਢੀ ਨਾਵਲਕਾਰ ਅਤੇ ਉਸਦੇ ਨਾਵਲ ਸੁੰਦਰੀ ਨੂੰ ਪਹਿਲਾ ਮੌਲਿਕ ਪੰਜਾਬੀ ਨਾਵਲ ਮੰਨਦੇ ਹਨ। ਸੁੰਦਰੀ ਅਤੇ ਸਤਵੰਤ ਕੌਰ ਨਾਵਲ ਇਸਤਰੀ ਵਿਰਾਂਗਣਾ 'ਤੇ ਆਧਾਰਿਤ ਹੈ। ਨਾਵਲਕਾਰ ਦੀ ਰਚਨਾ ਦ੍ਰਿਸ਼ਟੀ ਸੁਧਾਰਵਾਦੀ ਹੈ। ਬਾਬਾ ਨੌ ਸਿੰਘ ਨਾਵਲ ਵਿੱਚ ਪਹਿਲੀ ਵਾਰ ਪ੍ਰਤੀ ਨਾਇਕ ਧਿਰ ਔਰੰਗਜ਼ੇਬ ਉੱਭਰ ਕੇ ਆਈ ਹੈ। ਦੋਸਤੋ, ਭਾਈ ਵੀਰ ਸਿੰਘ ਦੇ ਨਾਵਲਾਂ ਵਿੱਚ ਸੁੰਦਰੀ ਨਾਵਲ, ਜੋ ਕਿ 1898 ਈਸਵੀ ਵਿੱਚ ਛਪਦਾ ਹੈ, ਇਸ ਦਾ ਮੁੱਖ ਪਾਤਰ ਬਲਵੰਤ ਸਿੰਘ ਹੈ। ਇਸ ਨਾਵਲ ਦੇ 17 ਕਾਂਡ ਹਨ। ਦੂਜਾ ਨਾਵਲ ਸਤਵੰਤ ਕੌਰ, ਜੋ ਕਿ 1899 ਵਿੱਚ ਛਪਦਾ ਹੈ। ਇਸ ਤਰ੍ਹਾਂ ਵਿਜੇ ਸਿੰਘ 1899, ਬਾਬਾ ਨੌ ਸਿੰਘ 1917, 7 ਔਖੀਆਂ ਰਾਤਾਂ, ਰਾਣਾ ਭੰਭੋਰ। ਭਾਈ ਵੀਰ ਸਿੰਘ ਦਾ ਬਾਬਾ ਨੌ ਸਿੰਘ ਨਾਵਲ, ਜਿਸ ਦੇ ਮੁੱਖ ਪਾਤਰ ਜਮਨਾ ਅਤੇ ਸੁਭਾਗ ਹੈ, ਇਹ ਪਹਿਲੀ ਵਾਰ 1917 ਵਿੱਚ ਛਪਦਾ ਹੈ ਅਤੇ ਦੂਜੀ ਵਾਰ ਟ੍ਰੈਕਟਾਂ ਦੇ ਰੂਪ ਵਿੱਚ 1921 ਵਿੱਚ ਦੁਬਾਰਾ ਛਪਦਾ ਹੈ। ਭਾਈ ਵੀਰ ਸਿੰਘ ਨੇ ਇੱਕ ਮਹੱਤਵਪੂਰਨ ਨਾਟਕ ਲਿਖਿਆ, ਜਿਸ ਦਾ ਨਾਮ ਰਾਜਾ ਲੱਖਦਾਤਾ ਹੈ, ਜੋ ਕਿ 15 ਅਪ੍ਰੈਲ 1910 ਵਿੱਚ ਛਪਦਾ ਹੈ। ਜੇਕਰ ਇਨਾਮ ਸਨਮਾਨ ਦੀ ਗੱਲ ਕਰੀਏ ਤਾਂ ਭਾਈ ਵੀਰ ਸਿੰਘ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ 1949 ਵਿੱਚ ਡੀ ਲਿਟ ਦੀ ਡਿਗਰੀ ਭੇਂਟ ਕੀਤੀ। 1950 ਵਿੱਚ ਆਪ ਨੂੰ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ। 1952 ਵਿੱਚ ਆਪ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਇਸ ਤਰ੍ਹਾਂ 1956 ਵਿੱਚ ਆਪ ਨੂੰ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੋਸਤੋ, ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ।
ਮਾਸਟਰ ਗੇਟਰ ਪੰਜਾਬੀ ਦੀ ਤਿਆਰੀ ਕਰਨ ਲਈ ਐਗਜ਼ਾਮ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।